ਸਬਸਕ੍ਰਾਈਬ ਕਰੋ ਖਤਰਾਂ LSI ਕੇ YouTube ਚੈਨਲ ਨੂੰ ਤੇ ਬੈਲ ਦਾ ਆਇਕਨ ਜ਼ਰੂਰ ਚਲ ਦਬੋ। ਅੱਛਾ ਹਾਂ ਜੀ, ਇਹ ਆਪਣਾ ਪਾਵਰ ਬੀਟਰ ਹੈ ਜੀ। ਇਹ ਪਾਵਰ ਬੀਟਰ ਕਿਹੜੀ ਕੰਪਨੀ ਦਾ ਜੀ? ਇਹ BCS ਦਾ ਜੀ, ਇਟਲੀ ਦਾ, ਮੇਡ ਇਨ ਇਟਲੀ। ਇਹਦੇ ਕਿੰਨੀ ਪਾਵਰ ਪੂਰ ਹੈ ਜੀ? ਇਹ 7.5 ਪਾਵਰ ਦਾ ਜੀ। 7.5 ਪਾਵਰ ਆ। ਹਾਂ ਜੀ। ਤੇ ਕਿੰਨਾ ਪੈਟਰੋਲ ਖਾ ਜਾਂਦਾ ਫਿਰ? ਇਹ ਪੈਟਰੋਲ ਤੇ ਆ ਇਹ ਜੀ, 4 ਲੀਟਰ ਖਾ ਜਾਂਦਾ ਕਿੱਲੇ 'ਚ। 4 ਲੀਟਰ ਕਿੱਲੇ ਦੀ ਗੋਡੀ ਕਰਨੀ ਹੈ ਜੀ? ਹਾਂ ਜੀ। ਠੀਕ ਹੈ। ਤੇ ਕੀ ਰੇਟ ਹੈ ਇਹਦਾ? ਇਹਦਾ ਜੀ 1,40,000 ਰੁਪਇਆ ਰੇਟ ਹੈ, ਬਿਨਾਂ ਸਬਸਿਡੀ ਤੋਂ। ਬਿਨਾਂ ਸਬਸਿਡੀ ਤੋਂ। ਅੱਛਾ, ਸਬਸਿਡੀ ਕਿੰਨੀ ਆਉਂਦੀ ਹੈ? ਇਹ ਸਬਸਿਡੀ 40,000 ਰੁਪਇਆ ਆਉਂਦੀ ਹੈ ਜੀ। 40,000 ਰੁਪਇਆ ਸਬਸਿਡੀ, ਲੱਖ ਦਾ ਪੈ ਗਿਆ। ਹਾਂ ਜੀ। ਠੀਕ ਹੈ। ਤੇ ਕੀ ਬੈਨੀਫਿਟ ਹੈ ਇਹਦੇ, ਵੀ ਕੀ ਫਾਇਦੇ ਨੇ? ਸਬਜ਼ੀਆਂ ਲਾਉਣ ਵਾਸਤੇ ਵਧੀਆ ਹੈ, ਗੋਡੀ ਵਧੀਆ ਕਰਦਾ, ਵਧੀਆ ਕਰਦਾ, ਸਬਜ਼ੀਆਂ 'ਚ ਕੱਖ ਨਹੀਂ ਹੁੰਦੇ। ਅਤੇ ਬਹੁਤ ਵਧੀਆ ਇਹਦੀ ਉਹ ਹੈਗਾ, ਟਾਈਮ ਟਾਈਮ ਦੀ ਬੱਚਤ, ਟਾਈਮ ਦੀ ਬੱਚਤ ਹੈ। ਥੋੜ੍ਹੇ ਥਾਂ 'ਚ ਟਰੈਕਟਰ ਲਿਜਾਣ ਦੀ ਲੋੜ ਨਹੀਂ, ਕਨਾਲ ਥਾਂ ਵਾਹੁਣਾ ਹੈ, ਕਨਾਲ ਥਾਂ ਵਾਹ ਵੀ ਦੇਊਗਾ। ਹਾਂ, ਸਾਰੇ ਕੰਮ ਹੀ ਕਰਦਾ। ਹਾਂ, ਕੰਮ ਸਾਰੇ ਕਰਦਾ। 5 ਏਕੜ ਵਾਲੇ ਜਿਹੜੇ ਛੋਟੇ ਜ਼ਿਮੀਂਦਾਰ ਹੈ ਨਾ, ਉਹਨਾਂ ਵਾਸਤੇ ਬਹੁਤ ਵਧੀਆ ਜੀ, ਅਸੀਂ ਇਸੇ ਕਰਕੇ ਲਿਆਂਦਾ ਹੈ। ਠੀਕ ਹੈ। ਸਰਕਾਰ ਨੂੰ ਚਾਹੀਦਾ ਵੀ ਇਹਦੀ ਸਬਸਿਡੀ ਵਧਾਵੇ, ਅਤੇ ਸਬਸਿਡੀ ਫਿਰ ਵੀ ਘੱਟ ਹੈ, ਛੋਟੇ ਜ਼ਿਮੀਂਦਾਰਾਂ ਵਾਸਤੇ ਔਖਾ ਹੈ ਜੀ, ਅਤੇ ਸਬਸਿਡੀ ਜ਼ਿਆਦਾ ਤੋਂ ਜ਼ਿਆਦਾ ਦੇਵੇ। ਅਤੇ ਇਹ ਹਰੇਕ ਬੰਦੇ ਵਾਸਤੇ ਚਾਹੀਦਾ, ਹਰੇਕ ਬੰਦੇ ਕੋਲ ਹੋਣਾ ਚਾਹੀਦਾ। ਛੋਟੇ ਲੀਟਰ ਤੇਲ ਕਿੰਨੇ ਚਿਰ 'ਚ ਖਾ ਜਾਂਦਾ ਸੀ ਫਿਰ? ਇਹ ਨਹੀਂ, ਦਿਹਾੜੀ 'ਚ ਤਾਂ ਨਹੀਂ, ਇਹ ਮੰਨ ਕੇ ਚੱਲੋ ਵੀ ਘੰਟੇ ਦਾ 2 ਲੀਟਰ ਖਾਂਦਾ ਹੈਗਾ, ਘੰਟੇ ਦਾ 2 ਲੀਟਰ ਖਾਂਦਾ। ਠੀਕ ਹੈ। ਹਾਂ, ਅਤੇ ਦੋ ਅਤੇ ਮੰਨ ਕੇ ਚੱਲੋ ਜੇ ਕਿੱਲਾ ਵਾਹਣ ਵਾਹੁਣਾ ਤਾਂ 4 ਲੀਟਰ ਖਾ ਜਾਂਦਾ ਕਿੱਲੇ ਵਾਹਣ। ਕਿੱਥੋਂ ਚੱਲਦਾ ਇਹ? ਚੱਲਣ ਵਾਸਤੇ ਆਹ ਜੀ, ਆਹ ਤੁਸੀਂ ਉਹ ਸਟੋਪ ਹੈ ਜੀ, ਆਹ ਖੋਲ੍ਹਤਾ ਤਾਂ ਸਟੋਪ ਹੈ, ਅਤੇ ਇੱਥੋਂ ਐਂ ਲਾਤਾ ਤਾਂ ਚੱਲੂਗਾ, ਐਂ ਲਾ ਕੇ ਸਟਾਰਟ ਕਰਨਾ ਤਾਂ ਇੱਥੋਂ ਸਟਾਰਟ ਹੁੰਦਾ ਜੀ। ਬ੍ਰੇਕ ਹੈ ਕਿ? ਹਾਂ, ਬ੍ਰੇਕ ਹੈ। ਠੀਕ ਹੈ। ਖੁੱਲ੍ਹ ਗਈ? ਹਾਂ। ਆਹ ਕਾਹਦੇ ਪਾਸ? ਆਹ ਠੀਕ ਜੀ। ਪੂਰਾ ਕੱਦੂ ਕਰੀ ਜਾਂਦਾ ਵਧੀਆ। ਇਹ ਤੁਸੀਂ ਕਿੱਥੋਂ ਲਿਆ ਜੀ ਇਹ? ਅੱਛਾ, ਕਿਆ ਹਰੇਕ ਸ਼ਹਿਰ 'ਚ ਹੀ ਹੋਣਗੇ ਤਾਂ? ਹਾਂ, ਹਰੇਕ ਸ਼ਹਿਰ 'ਚ ਕਿਤੇ ਲਓ। ਹਾਂਜੀ, ਤਾਂ ਇਹ ਸੀਗੇ ਜੀ ਆਪਣੇ ਨਾਲ ਕਿਸਾਨ ਵੀਰ ਕਸ਼ਮੀਰ ਸਿੰਘ ਜੀ, ਤਲਵੰਡੀ ਸਾਬੋ ਤੋਂ। ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ, ਜੇਕਰ ਚੰਗੀ ਲੱਗੀ ਲਾਈਕ ਵੀ ਕਰੋ, ਅਤੇ ਜੇਕਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਕਮੈਂਟ ਕਰ ਸਕਦੇ ਹੋ। ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਵੀ ਲੈ ਸਕਦੇ ਹੋ ਆਪਣੇ ਨੇੜੇ ਦੇ ਏਰੀਏ 'ਚ, ਤੁਸੀਂ ਪਤਾ ਕਰੋ ਅਤੇ ਤੁਹਾਨੂੰ ਮਿਲ ਜੂ। ਕਈ ਤਰ੍ਹਾਂ ਦੇ ਆਉਂਦੇ ਜੀ, ਇੱਕ 60,000 ਦਾ ਵੀ ਹੈਗਾ, ਇੱਕ 36 ਦਾ ਵੀ ਹੈ, ਅਤੇ ਲਗਭਗ ਸਾਰਿਆਂ 'ਤੇ ਸਬਸਿਡੀ ਮਿਲਦੀ ਹੈ। ਵੀਡੀਓ ਪੂਰੀ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।